ਹਰ ਇੱਕ ਦੀ ਆਸਥਾ ਹੁੰਦੀ ਹੈ ਪਰਿਵਾਰ ਨਾਲ ਸਾਂਝ ਦੀ। ਤਾਂ ਜਿੰਨੇ ਵੀ ਕਦਮ ਤੁਸੀਂ ਚੱਲ ਕੇ ਆਏ ਹੋ ਸਾਡਾ ਪਰਿਵਾਰ ਵੱਲੋਂ ਉਸੇ ਮੱਥੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪਾਇਆ ਸੋ ਪਾਇਆ।
Thank you.
Oh,
Thank you.
Guru
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਜੀਓ
ਵਿਛੜੀ ਹੋਈ ਰੂਹ ਨੂੰ ਸਦੀਵ ਸਦੀਵ ਆਪਣੇ ਚਰਨਾਂ ਦਾ ਨਿਵਾਸ ਬਖਸ਼ਣਾ, ਬਾਬਾ ਕਮਲ ਦੇ ਚੱਕਰ ਤੋਂ ਮੁਕਤ ਕਰਨਾ, 84 ਲੱਖ ਜੂਨ ਤੋਂ ਬਚਾਉਣਾ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਉਦਰ ਬਖਸ਼ਣਾ, ਸੇਵਕ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਪਾਤਸ਼ਾਹ ਜੀ ਉਹ ਘਰ ਪਰਿਵਾਰ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਦੁੱਖਾਂ ਕਲੇਸ਼ਾਂ ਬਿਮਾਰੀਆਂ ਦੇ ਨਾਸ ਕਰਨੇ, ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾ ਕੇ ਆਪਣੇ ਚਰਨਾਂ ਨਾਲ ਜੋੜ ਲੈਣਾ, ਸੇਵਕ ਪਰਿਵਾਰ ਵੱਲੋਂ ਆਪ ਜੀ ਤਾਈ ਸੁੰਦਰ ਪਛਾਕੇ ਫਰਾਏ ਗਏ ਹਨ, ਪਾਤਸ਼ਾਹ ਜੀ ਉਹ ਆਪ ਜੀ ਦੇ ਅੰਗਾਂ ਨਾਲ ਸ਼ੋਭਤ ਹਨ, ਲੋਕ ਪਰਲੋਕ ਵਿੱਚ ਪੜਦੇ ਕਦੇ ਵਿਅਰਥ ਦਰਸ਼ਨੀ ਮਾਇਆ ਭੇਟਾ ਹਾਜ਼ਰ ਹੋਈ ਹੈ, ਕੀਰਤਨ ਮਾਇਆ ਭੇਟਾ ਹਾਜ਼ਰ ਹੋਈ ਹੈ, ਅਰਦਾਸ ਭੇਟ ਮਾਇਆ ਹਾਜ਼ਰ ਹੋਈ, ਜਿਨ੍ਹਾਂ ਖਜ਼ਾਨਿਆਂ ਚੋਂ ਮਾਇਆ ਵਾਲੀ ਸੋ ਖਜ਼ਾਨੇ ਭਰਪੂਰ ਕਰਨੇ, ਮਾਲੋਮਾਲ ਕਰਨੇ, ਕਾਲ ਕਟਕ ਦੂਰ ਕਰਨੇ, ਪਾਤਸ਼ਾਹ ਜੀ ਉਹ ਸਮੂਹ ਸੰਗਤ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ, ਕਦਮ ਕਦਮ ਚੱਲਿਆ ਦੇਖੇ ਲਾਉਣਾ, ਤਿਲ ਫੁਲ ਭਿਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਸੰਗਤਾਂ ਦੀਆਂ ਭਾਵਨਾਵਾਂ ਗੁਰਮੁਖ ਅਨੁਸਾਰ ਸੰਪੂਰਨ ਕਰਨੀਆਂ, ਪਾਤਸ਼ਾਹ ਜੀ ਉਹ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਸੇਵਕ ਪਰਿਵਾਰ ਵੱਲੋਂ ਅੰਮ੍ਰਿਤ ਮਈ ਕੜਾਹ ਪ੍ਰਸ਼ਾਦੀਆਂ ਦੇਗਾਂ ਸਜ ਹਾਜ਼ਰ ਹਨ, ਪਾਤਸ਼ਾਹ ਜੀ ਉਹ ਆਪ ਜੀ ਦੇ ਦਰ ਤੇ ਪ੍ਰਵਾਨ ਹੋਣ, ਪ੍ਰਵਾਨ ਹੋਏ ਪ੍ਰਸ਼ਾਦਾਂ ਨੂੰ ਭੋਗ ਲਾਓ, ਭੋਗ ਲੱਗੇ ਪ੍ਰਸ਼ਾਦ ਸੰਗਤਾਂ ਵਿੱਚ ਵਰਤਣ, ਜੋ ਵੀ ਛਕੇ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਰਪਾ ਕਰੋ, ਪਾਵਨ ਹੁਕਮਨਾਮੇ ਬਖਸ਼ੋ, ਹੁਕਮਨਾਮੇ ਤੇ ਚੱਲਣ ਦੀ ਸੁਰਜੀ ਬਖਸ਼ੋ, ਸਹੀ ਪਿਆਰੇ ਮੇਲੋ ਜਿੰਨਾ ਮਿਲਿਆ ਤੇਰਾ ਨਾਮ, ਜਿੱਥੇ ਆਵੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਪੜਾ। ਵਾਹਿਗੁਰੂ ਜੀ ਕੀ ਫਤਿਹ। ਬੋਲੇ ਹਰ ਗੁਣ ਕਾਹੇ ਨਾ ਗਾਵਹਿ, ਮੂਰਖ ਅਗਿਆਨਾ ਉਠੈ ਲਾਲਚ ਲਾਗ ਕੈ ਨਹਿ ਮਰਨ ਪਛਾਨਾ। ਅਜੋ ਕਛ ਬਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੈ, ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੈ, ਸੋ ਕਹੋ ਤਨ ਗੁਰ ਸੇਵਿਐ ਪਹਿਰਸ ਸਹਿਜ ਸੁਭਾਏ, ਦਰਸ਼ਨ ਪਰਸੁਐ ਗੁਰੂ ਕੈ ਜਨਮ ਮਰਨ ਦੁਖ ਜਾਏ, ਤਿਲੰਗ ਮਹਲਾ ਹਰ ਜਸਨ ਮਨਾ ਗਾਇਲੈ, ਜੋ ਸੰਗੀ ਹੈ ਤੇਰੋ ਅਵਸਰ ਬਿਤ ਜਾਤ ਹੈ, ਕਹਿਓ ਮਨ ਲੈ ਮੇਰੋ। ਹਰ ਜਸਨ ਜੋ ਸੰਗੀ ਹੈ ਤੇਰੋ ਅਵਸਰ ਬੀਤਿਓ ਜਾਤ ਹੈ, ਕਹਿਓ ਮਾਨ ਲੈ ਮੇਰੋ। ਰਹਾਉ ਸੰਪਤ ਰੱਥ ਧਨ ਰਾਜ ਸਿਉ ਆਪਣੇ ਹੋ ਲਗਾਇਓ, ਕਾਲ ਭਾਸ ਜਬ ਗਲ ਭਰੀ ਸਭ ਭਇਓ ਪਰਾਇਓ, ਜਾਣ ਬੁਝ ਕੈ ਬਾਬਰੇ ਤੈ ਕਾਜ ਬਿਗਾੜਿਓ, ਪਾਪ ਕਰ ਸੁਖਿਓ ਨਹੀਂ ਨਹਿ ਗਰਬ ਨਿਵਾਰਿਓ, ਜੇ ਬਿਗ ਗੁਰ ਉਪਦੇਸਿਆ ਸੋ ਸੁਣ ਲੇ ਭਾਈ, ਨਾਨਕ ਕਹਿ ਪੁਕਾਰ ਕੈ ਗਹੁ ਪ੍ਰਭ ਸਰਨਾਈ, ਜਿਹ ਬਿਦ ਗੁਰ ਉਪਦੇਸਿਆ ਸੋ ਸੁਣ ਲੇ ਭਾਈ, ਨਾਨਕ ਕਹਿ ਪੁਕਾਰ ਕੈ ਗਹੁ ਪ੍ਰਭ ਸਰਨਾਈ।
ਵਾਹਿਗੁਰੂ ਜੀ ਕੀ ਫਤਿਹ। ਰਾਜ ਬਾਣ ਜੀ ਦੇ ਮਹਾਂਵਾਕਾ ਅਨੁਸਾਰ ਗੁਰੂ ਚਰਨਾਂ ਵਿੱਚ ਰੱਬੀ ਬਾਣੀ ਦੇ ਦਰਾਂ ਲਈ ਕੀਰਤਨ ਹੋਏ ਹਨ। ਸਤਿਗੁਰੂ ਜੀ ਬਖਸ਼ਿਸ਼ ਕਰਨ, ਬੜੀ ਸੋਹਣੀ ਗੁਰਬਾਣੀ ਦਾ ਭਾਵ ਉਸ ਵਿਛੜੇ ਹੋਏ ਰੂਹ ਆਤਮਾ ਨੂੰ ਬਖਸ਼ਿਸ਼ ਕਰਨ। ਰੂਹ ਆਤਮਾ ਨੂੰ ਸਦੀਵ ਸਦੀਵ ਆਪਣੇ ਚਰਨ ਕਮਲਾਂ ਦਾ ਨਿਵਾਸ ਬਖਸ਼ਿਸ਼ ਕਰਨ। 84 ਲੱਖ ਦੇ ਦਿਨ ਤੋਂ ਬਚਾਉਣ, ਆਵਾਗਮਨ ਤੋਂ ਨਿਵਰਤ ਕਰਨ, ਪਿੱਛੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਸਾਖ ਸੰਬੰਧੀਆਂ ਨੂੰ ਸਤਿਗੁਰੂ ਜੀ ਭਾਣਾ ਮਾਣ ਦੇ ਬਲ ਬਦਲ ਸਮਰੱਥਾ ਦਾ ਬਖਸ਼ਿਸ਼ ਕਰਨ। ਪ੍ਰਾਣੀ ਦਾ ਸੰਸਾਰ ਵਿੱਚ ਆਉਣਾ ਸੁਖਦਾਈ ਹੁੰਦਾ ਹੈ ਤੇ ਤੁਰ ਜਾਣਾ ਬਹੁਤ ਦੁੱਖਦਾਈ ਹੁੰਦਾ ਹੈ। ਵੈਸੇ ਤੇ ਗੁਰਬਾਣੀ ਪ੍ਰਮਾਣ ਦਿੰਦੀ ਹੈ ਵੀ ਮਨ ਨੂੰ ਦਿਖਾਏ ਮੰਡਲ ਮੇ ਆਏ, ਪਰ ਜਦੋਂ ਜੀਵ ਜਾਂਦਾ ਉਹ ਕਿਸੇ ਵੀ ਉਮਰ ਦੇ ਵਿੱਚ ਜਾਵੇ ਮੌਤ ਦੁੱਖਦਾਈ ਹੈ, ਕਿਉਂਕਿ ਮੌਤ ਵਿਛੋੜਾ। ਸ੍ਰੀ ਸ਼ੋ ਪੰਡਾ ਜੀ ਜਿਹੜੇ ਕਿ ਇਸ ਸ਼ਹਿਰ ਦੀ ਜਾਣੀ ਪਹਿਚਾਣੀ ਸ਼ਖਸੀਅਤ ਨੇ, ਕਿਉਂਕਿ DPR ਦਾ ਅਹੁਦਾ ਹੀ ਇੱਕ ਐਸਾ ਹੈ ਜਿਹਦਾ ਸਾਰਿਆਂ ਨਾਲ ਹੀ ਸੰਪਰਕ ਹੁੰਦਾ, ਐਸਾ ਨਹੀਂ ਹੋ ਸਕਦਾ ਜਿਹੜਾ ਪਾਕਿਸਤਾਨ ਹੋ। ਪਰਿਵਾਰ ਬਹੁਤ ਸਨਮਾਨਿਤ ਹੈ, ਸਾਰੇ ਦੀ ਸਾਰਿਆਂ ਦੀ ਸ਼ਖਸੀਅਤ ਸਲਾਹੁਣ ਯੋਗ ਹੈ। ਬੀਬੀ ਜੀ ਹੁਣੀ ਬਹੁਤ ਹੀ ਖੁੰਦਲੇ ਸੁਭਾਅ ਦੇ, ਬਹੁਤ ਹੀ ਮਟਕੋਲੇ, ਬਹੁਤ ਹੀ ਸਮਾਜ ਸੇਵਾ ਕਰਨ ਵਾਲੇ ਸਨ, ਔਰ ਇਸ ਉਮਰ ਦੇ ਵਿੱਚ ਚਲੇ ਜਾਣਾ ਦੁੱਖਦਾਈ ਹੋਈ ਹੈ। ਚਲੇ ਵੀ ਹਰ ਕਿਵੇਂ ਜਾਣਾ, ਪਰ ਮਨੁੱਖ ਜੀਵਨ ਦੇ ਵਿੱਚ ਕਰਕੇ ਕੀ ਗਿਆ ਇਸ ਗੱਲ ਨੂੰ ਭੁੱਲ ਜਾਂਦਾ। ਸਮਾਗਮ ਦੇ ਵਿੱਚ ਜਿੰਨਾ ਇਕੱਠ ਹੈ ਸਾਰੀਆਂ ਹੀ ਰਾਜਨੀਤਿਕ ਸ਼ਖਸੀਅਤਾਂ ਨੇ, ਧਾਰਮਿਕ ਸੱਭਿਆਚਾਰਕ ਸਮਾਜਿਕ ਸ਼ਖਸੀਅਤਾਂ ਇਸ ਸਮਾਗਮ ਵਿੱਚ ਸ਼ਾਮਲ ਨੇ। ਇਹ ਹਾਂਡਾ ਪਰਿਵਾਰ ਦੇ ਪਿਆਰ ਦੀ ਕਮਤ ਹੈ, ਸਤਿਕਾਰ ਦੀ ਕਮਤ ਹੈ। ਬਹੁਤ ਵੱਡਾ ਘਾਟਾ ਪੈਂਦਾ ਹੈ। ਗੁਰਬਾਣੀ ਨੇ ਬੀਬੀਆਂ ਨੂੰ ਬਹੁਤ ਮਾਣ ਦਿੱਤਾ ਹੈ। ਬੇਸ਼ੱਕ ਇਸ ਸੰਸਾਰ ਦੇ ਵਿੱਚ ਹੋਰ ਕਿਤੇ ਵੀ ਐਸਾ ਨਹੀਂ ਹੋਇਆ ਜਿੰਨਾ ਗੁਰਬਾਣੀ ਨੇ ਬੀਬੀਆਂ ਨੂੰ ਮਾਣ ਦਿੱਤਾ। ਗੁਰਬਾਣੀ ਪ੍ਰਮਾਣ ਹੈ, ਸਭ ਪਰਿਵਾਰੇ ਮਾਏ ਸ੍ਰੇਸ਼ਟ ਮੱਤੀ ਦੇਵੇ ਦੇਵਰ ਜੇਸ਼ਠ, ਔਰਤ ਸਾਰੇ ਪਰਿਵਾਰ ਵਿੱਚੋਂ ਸ੍ਰੇਸ਼ਟ ਹੁੰਦੀ ਹੈ। ਜੇ ਕਿਤੇ ਪਰਿਵਾਰ ਦੇ ਵਿੱਚ ਕੋਈ ਕਾਰਨ ਬਣ ਜਾਏ ਤੇ ਉਹ ਦਿਓਰਾਂ ਗੇਠਾਂ ਨੂੰ ਵੀ ਸਮਝਾ ਦਿੰਦੀ ਹੈ। ਗੁਰਬਾਣੀ ਨੇ ਇੱਕੋ ਤੱਕ ਜਿਹੜਾ ਮਾਣ ਦਿੱਤਾ ਗੁਰਬਾਣੀ, ਖਾਸ ਤੌਰ ਤੇ ਕਿਉਂਕਿ ਬੀਬੀਆਂ ਇੱਕ ਕੜੀ ਹੁੰਦੀਆਂ ਨੇ, ਇੱਕ ਲੜੀ ਹੁੰਦੀਆਂ ਨੇ ਪਰਿਵਾਰ ਦੇ ਵਿੱਚ, ਔਰ ਉਹਨਾਂ ਦਾ ਚਲੇ ਜਾਣਾ ਸੱਚਮੁੱਚ ਹੀ ਬਦਲ ਜਾਂਦਾ। ਫਿਰ ਸੁਭਾਅ ਦੇ ਅੱਛੇ ਹੋਣਾ ਇਹ ਹੋਰ ਸੋਨੇ ਤੇ ਸੁਹਾਗਾ ਹੁੰਦਾ, ਬਹੁਤ ਵੱਡਾ ਘਾਟਾ ਪੈਂਦਾ ਜਦੋਂ ਪ੍ਰਦੀਪ ਚਲੇ ਜਾਂਦਾ। ਵੇਦਾਂ ਦੇ ਵਿੱਚ ਜ਼ਿਕਰ ਆਇਆ ਯਤਨ ਨਾਰੀ ਪਜੰਤੇ ਰਵੰਤੇ ਤਦ ਥਾਂ, ਕੁਛ ਸਾਡੇ ਕੋਲ ਸ਼ੋਕ ਸੰਦੇਸ਼ ਆਏ ਨੇ, ਮੈਂ ਕੇਵਲ ਨਾ ਹੀ ਪੜ੍ਹ ਸਕਾਂਗਾ ਕਿਉਂਕਿ ਸਾਰਿਆਂ ਦਾ ਪਿਆਰ ਹੈ। ਬਹੁਤ ਲੰਬੀ ਲਿਸਟ ਹੈ ਮੇਰੇ ਕੋਲ, ਰਿਟਾਇਰ ਟੀਚਰ ਤੇ ਹੋਰ ਪੈਨਸਲ
ਵੈਲਫੇਅਰ ਐਸੋਸੀਏਸ਼ਨ ਫਿਰੋਜ਼ਪੁਰ, ਚੰਡੀਗੜ੍ਹ ਪੰਜਾਬ ਯੂਨੀਅਨ ਆਫ ਜਰਨਲਿਸਟ, ਫਿਰੋਜ਼ਪੁਰ ਐਨ ਜੀ ਓ ਕੋਆਰਡੀਨੇਸ਼ਨ ਸੁਸਾਇਟੀ, ਅਖਿਲ ਭਾਰਤੀ ਖੱਤੀ ਮਹਾਂਸਭਾ, ਸੀ ਆਰ ਆਰ ਡਰਮਾਟਿਕ ਤੇ ਦੁਸਹਿਰਾ ਕਮੇਟੀ, ਸੀਨੀਅਰ ਸਿਟੀਜ਼ਨ ਕੌਂਸਲ, ਡਿਸਟ੍ਰਿਕਟ ਫਿਰੋਜ਼ਪੁਰ ਐਨ ਜੀ ਓ ਕੋਆਰਡੀਨੇਸ਼ਨ ਕਮੇਟੀ, ਪੰਜਾਬ ਪ੍ਰਦੇਸ਼ ਵਪਾਰ ਮੰਡਲ, ਖੱਤੀ ਵੈਲਫੇਅਰ ਸਭਾ, ਪੀਡੀਐਮ ਮੈਮੋਰੀਅਲ ਫਾਊਂਡੇਸ਼ਨ ਫਿਰੋਜ਼ਪੁਰ ਸਿਟੀ, ਪ੍ਰੈਸ ਕਲੱਬ ਫਿਰੋਜ਼ਪੁਰ, ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਵੈਲਫੇਅਰ ਸੁਸਾਇਟੀ, ਯੋਗ ਸਾਧਨਾ ਕੇਂਦਰ ਫਿਰੋਜ਼ਪੁਰ, ਸ੍ਰੀ ਕਮਲ ਸ਼ਰਮਾ ਜੀ ਵੱਲੋਂ ਜਿਹੜੇ ਸਾਬਕਾ ਪ੍ਰਧਾਨ ਬੀਜੇਪੀ ਦੇ ਨੇ ਉਹਨਾਂ ਵੱਲੋਂ ਸਾਨੂੰ ਸ਼ੁਭ ਸੰਦੇਸ਼ ਪਹੁੰਚਿਆ। ਮਾਂ ਬਾਪ ਰੂਪਾ ਇੰਸਟੀਟਿਊਸ਼ਨ ਕੋਟਕਪੂਰਾ, ਡਿਸਟ੍ਰਿਕਟ ਬਾਰ ਐਸੋਸੀਏਸ਼ਨ ਫਿਰੋਜ਼ਪੁਰ, ਸਰਦਾਰ ਹਰਪਾਲ ਸਿੰਘ ਜੀ ਪੰਡਿਤ ਪੰਚਪਤਾਨਾ ਯਾਦਗਾਰੀ ਸੁਸਾਇਟੀ, ਪ੍ਰੈਸ ਕਲੱਬ ਕਮਜ਼ੋਰ, ਸ਼੍ਰੀ ਡੀ ਪੀ ਚੰਦਨ ਜੀ ਸਾਬਕਾ ਚੇਅਰਮੈਨ ਸਾਹਿਬ, ਭਾਰਤ ਵਿਕਾਸ ਪ੍ਰੀਸ਼ਦ ਤਲਵੰਡੀ ਭਾਈ, ਰਾਜਗਰਾ ਸੰਸਥਾ ਫਿਰੋਜ਼ਪੁਰ, ਰਾਧਾ ਕ੍ਰਿਸ਼ਨ ਮੰਦਿਰ ਫਿਰੋਜ਼ਪੁਰ ਸ਼ਹਿਰ, ਰੋਟੀ ਕਲੱਬ ਫਿਰੋਜ਼ਪੁਰ, ਸਾਡੇ ਕੋਲ ਕੁਝ ਸਨਮਾਨਿਤ ਸਾਰੀ ਸਨਮਾਨਿਤ ਸ਼ਖਸੀਅਤਾਂ ਨੇ, ਪਰ ਕੋਲ ਆ ਗਈ ਸ਼ਖਸੀਅਤਾਂ ਆਈਆਂ ਨੇ, ਸ਼੍ਰੀ ਨਰੇਸ਼ ਕਟਾਰੀਆ ਜੀ ਐਕਸ ਐਮ ਐਲ ਏ ਸਾਹਿਬ ਆਏ ਨੇ, ਸ਼੍ਰੀ ਸੁਖਪਾਲ ਸਿੰਘ ਜੀ ਨਾਨੂ ਐਕਸ ਜੀ ਪਾਰਲੀਮੈਂਟਰੀ ਸੈਕਟਰੀ, ਸਰਦਾਰ ਦਰਸ਼ਨ ਸਿੰਘ ਜੀ ਸ਼ੇਰ ਖਾਂ ਮੈਂਬਰ ਐਸ ਜੀ ਪੀ ਸੀ, ਸ਼੍ਰੀ ਰਾਜੇਸ਼ ਢੰਡ ਜੀ ਪ੍ਰਧਾਨ ਮੰਗ ਕੌਂਸਲ ਜੀ ਦਾ, ਸ਼੍ਰੀ ਸੁਖਪਾਲ ਸਿੰਘ ਜੀ ਤਲਵੰਡੀ ਐਗਜੈਕਟ ਮੈਂਬਰ ਐਸ ਜੀ ਪੀ ਸੀ, ਸ਼੍ਰੀ ਬਲਦੇਵ ਸਿੰਘ ਜੀ ਭੁੱਲਰ ਮੈਂਬਰ ਕੰਜ਼ੂਮਰ ਬੋਰਡ ਫਿਰੋਜ਼ਪੁਰ, ਸ਼੍ਰੀ ਦਵਿੰਦਰ ਬਜਾਜ ਜੀ ਜ਼ਿਲ੍ਹਾ ਪ੍ਰਧਾਨ ਬੀ ਜੇ ਪੀ, ਦਾ ਗਿਆਨ ਸਿੰਘ ਜੀ ਸਾਬਕਾ ਟੀ ਪੀ ਆਰ ਮੋਗੇ ਤੋਂ ਪਹੁੰਚੇ ਨੇ। ਸਾਰਿਆਂ ਦਾ ਹੀ ਪਰਿਵਾਰ ਵੱਲੋਂ ਤਹਿ ਦਿਲੋਂ ਧੰਨਵਾਦ, ਕਿਉਂਕਿ ਦੁੱਖ ਦੇ ਵਿੱਚ ਆਇਆ ਦੁੱਖ ਘੱਟ ਜਾਂਦਾ, ਅਤੇ ਸੁੱਖ ਦੇ ਵਿੱਚ ਆਉਂਦੇ ਹਾਂ ਅਤੇ ਸੁੱਖ ਜਿਹੜਾ ਹੈ ਵੱਧ ਜਾਂਦਾ। ਹਰ ਇੱਕ ਦੀ ਆਸਥਾ ਹੁੰਦੀ ਹੈ ਪਰਿਵਾਰ ਨਾਲ ਇੱਕ ਸਾਂਝ ਦੀ, ਤਾਂ ਜਿੰਨੇ ਵੀ ਕਦਮ ਤੁਸੀਂ ਚੱਲ ਕੇ ਆਏ ਹੋ ਸਾਡਾ ਪਰਿਵਾਰ ਵੱਲੋਂ ਉਸੇ ਮੱਥੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਫਸਟ ਵੇਵ ਵਾਲਿਆਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ, ਕਿਉਂਕਿ ਸਵੇਰ ਤੋਂ ਕਵਰੇਜ ਕਰਨ ਜਿਹੜੇ ਨੇ ਉਹ ਲੱਗੇ ਨੇ। ਉਚੇਚੇ ਤੌਰ 'ਤੇ ਮੈਂ ਇਹਨਾਂ ਦਾ ਪਰਿਵਾਰ ਵੱਲੋਂ ਧੰਨਵਾਦ ਕਰਦਾ। ਕਾਫੀ ਸ਼ਖਸੀਅਤਾਂ ਮੈਂ ਜਿਹਨਾਂ ਨੂੰ ਦੇਖ ਰਿਹਾ, ਮੈਂ ਉਹਨਾਂ ਦਾ ਜ਼ਿਕਰ ਨਹੀਂ ਕਰ ਸਕਿਆ, ਉਹਨਾਂ ਨੂੰ ਮੈਂ ਮਾਫ਼ੀ ਵੀ ਚਾਹੁੰਦਾ, ਕਿਉਂਕਿ ਬੁਲਾਰਿਆਂ ਦੀ ਲਿਸਟ ਵੀ ਬਹੁਤ ਲੰਬੀ ਸੀ, ਇਸ ਕਰਕੇ ਸਾਰਿਆਂ ਕੋਲ ਇਸ ਗੱਲ ਦੀ ਮਾਫ਼ੀ ਮੰਗਦੇ ਹਾਂ, ਕਿਉਂਕਿ ਸਮਾਂ ਵੀ ਕਾਫੀ ਹੋ ਗਿਆ। ਦੂਸਰੀ ਬੇਨਤੀ ਪਰਿਵਾਰ ਵੱਲੋਂ ਹੈ ਵੀ ਲੰਗਰ ਜਿਹੜਾ ਹੈ ਉਹ ਜ਼ਰੂਰ ਛੱਕ ਕੇ ਜਾਣਾ, ਤਾਂ ਉਸ ਵਿਛੜੀ ਹੋਈ ਰੂਹ ਨੂੰ ਪਰਮਾਤਮਾ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ, ਅਤੇ ਸਾਰੇ ਪਰਿਵਾਰ ਨੂੰ ਪਿੱਛੇ ਭਾਣਾ ਬਣਾਉਣ ਦਾ ਬਲ ਬਖਸ਼ੇ। ਇਹਨਾਂ ਸ਼ਬਦਾਂ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।